ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਥਾਈਏ ਦਰਸਾਇਆ ਹੈ ਕਿ ਕੁਝ ਅਚੰਬਾ ਕਰਨ ਵਾਲੀਆਂ ਕਰਾਮਾਤਾ ਹਰ ਧਰਮ ਵਿੱਚ ਹੁੰਦੀਆਂ ਹਨ ਇਹ ਅਤ ਦੀ ਸ਼ਰਦਾ ਦਾ ਨਤੀਜਾ ਹੁੰਦਾ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਇੱਕ ਸੱਜਣ ਨੇ థੇਰਿਸ ਨਿਊਮੈਨ ਆਫ ਕੋਨਰ ਸਵੇਥ ਆਫ ਬੇਵੇਰੀਆ ਯਾਨੀ ਇੱਕ ਯੂਰਪ ਦੀ ਸੰਤਣੀ ਦਾ ਜ਼ਿਕਰ ਕੀਤਾ। ਇਹ ਕੁੜੀ ਜਦ 12 ਵਰਿਆਂ ਦੀ ਸੀ ਤਾਂ ਇਹ ਅੰਨ੍ਹੀ ਹੋ ਗਈ ਸੀ ਤੇ ਇਸ ਦੇ ਹੱਥ ਪੈਰ ਵੀ ਮਾਰੇ ਗਏ ਸਨ। ਅਧਰੰਗ ਹੋ ਗਿਆ ਸੀ। ਇਸ ਨੇ ਇੱਕ ਇਸਾਈ ਸੰਤ ਸੈਂਟ థੇਰਿਸ ਅੱਗੇ ਪ੍ਰਾਰਥਨਾ ਕੀਤੀ ਤੇ ਇਹ ਮੌਜੂਜ਼ਾ ਹੋਇਆ ਕਿ ਇਸ ਦੀਆਂ ਅੱਖਾਂ ਵਿੱਚ ਫੇਰ ਰੋਸ਼ਨੀ ਆ ਗਈ ਤੇ ਹੱਥ ਪੈਰ ਠੀਕ ਹੋ ਗਏ। ਉਸ ਵਕਤ ਤੋਂ ਸਟਿਗਮੇਟ ਹੋ ਗਈ। ਇਸ ਦੇ ਜਿਸਮ ਦੇ ਉਹਨਾਂ ਉਹਨਾਂ ਹਿੱਸਿਆਂ ਵਿੱਚੋਂ ਜਿਨ੍ਹਾਂ ਵਿੱਚ ਕਿ ਈਸਾ ਮਸੀਹ ਨੂੰ ਸੂਲੀ ਦੇਣ ਵੇਲੇ ਮੀਖਾਂ ਗੱਡੀਆਂ ਸਨ ਹਰ ਸ਼ੁਕਰਵਾਰ ਦੇ ਸ਼ੁਕਰਵਾਰ ਖੂਨ ਨਿਕਲ ਆਉਂਦਾ ਆਪ ਜੀ ਨੇ ਕਿਹਾ ਕਿ ਇਸ ਕਿਸਮ ਦੀਆਂ ਗੱਲਾਂ ਆਪਣੇ ਗੁਰੂ ਵਿੱਚ ਵੀ ਵਰਤੀਆਂ ਹਨ ਇੱਕ ਬੀਬੀ ਥੋੜਾ ਜਿਹਾ ਰੋਇਆ ਹੈ ਬਿਮਾਰ ਹੋ ਗਈ ਬੀਬੀ ਦੀ ਬੜੀ ਤੀਬਰ ਖਾਇਸੀ ਕਿ ਹਜ਼ੂਰ ਸਾਹਿਬ ਜਾ ਕੇ ਅੰਮ੍ਰਿਤ ਛਕੇ ਬਿਮਾਰੀ ਦੀ ਹਾਲਤ ਵਿੱਚ ਉਹ ਬੇਹੋਸ਼ ਜਿਹੀ ਹੋ ਗਈ ਤੇ ਉਸਨੇ ਦੇਖਿਆ ਕਿ ਮੈਂ ਹਜ਼ੂਰ ਸਾਹਿਬ ਪੁੱਜ ਗਈ ਹਾਂ ਤੇ ਉੱਥੇ ਜਾ ਕੇ ਅੰਮ੍ਰਿਤ ਛਕਿਆ ਹੈ ਜਦ ਇਹ ਅੰਮ੍ਰਿਤ ਛਕ ਚੁੱਕੀ ਤਾਂ ਕੜਾ ਪ੍ਰਸ਼ਾਦ ਵਰਤਾਉਣ ਵੇਲੇ ਕਿਰਪਾਨ गिर ਗਈ ਤੇ ਉਸਦੀ ਛਾਤੀ ਤੇ ਆ ਲੱਗੀ ਤੇ ਖੂਨ ਨਿਕਲ ਆਇਆ ਜਦ ਇਸ ਨੂੰ ਹੋਸ਼ ਪਰਤੀ ਤਾਂ ਇਸਨੇ ਦੇਖਿਆ ਕਿ ਇਸਦੀ ਛਾਤੀ ਵਿੱਚੋਂ ਖੂਨ ਨਿਕਲ ਰਿਹਾ ਸੀ ਇਹ ਅਤਿ ਸ਼ਰਦਾ ਵਿਸ਼ਵਾਸ ਦਾ ਨਤੀਜਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ